ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ ਸਮੇਂ ਦੌਰਾਨ ਜੋ-ਜੋ ਘਟਨਾਵਾਂ ਹੋਈਆਂ ਸਾਰੇ ਵੀਰ ਉਸ ਗੱਲ ਤੋਂ ਜਾਣੂ ਆ ਮੈਂ ਕਦੇ ਸੁਣਿਆ ਕਰਦਾ ਸੀ ਵੀ ਜਿਹੜੀ ਸਰਕਾਰ ਹੈ ਇਸ ਥਾਂ 'ਚੋਂ ਚੱਲਿਆ ਕਰੂਗੀ ਪਰ ਮੈਨੂੰ ਤਾਂ ਇਹ ਵਿਧਾਨ ਸਭਾ 'ਚ ਬਹਿ ਕੇ ਵੀ ਨਹੀਂ ਚੱਲਦੀ ਦੀਂ ਦੀ ਹਰ ਇੱਕ ਛੋਟੀ ਜੀ ਗੱਲ ਦਾ ਇਹ ਗੁੱਸਾ ਕਰਦੇ ਐ ਅੱਜ ਬੇਟੇ ਨੂੰ ਸੰਸਾਰ ਤੋਂ ਗਿਆ ਨੂੰ ਸਾਢੇ 4 ਮਹੀਨੇ ਹੋ ਗਏ ਨੇ 4 ਮਹੀਨੇ ਹੋ ਗਏ ਸਾਨੂੰ ਹਰ ਸੰਡੇ ਨੂੰ ਤੁਹਾਡੀ ਹਜ਼ਾਰਾਂ ਦੀ ਗਿਣਤੀ 'ਚ ਅਬ ਆਉਂਦਾ ਪਹੁੰਚਣਾ ਇਹਨਾਂ ਲਈ ਸਰਦਰਦੀ ਬਣਿਆ ਹੋਇਆ ਹੈ ਜੇ ਕੋਈ ਸੱਚ ਦੀ ਗੱਲ ਕਰਦਾ ਉਹ ਇਹਨਾਂ ਦੇ ਅੱਖਾਂ ਦੇ ਵਿੱਚ ਚੁਬਦਾ ਏਹੀ ਗੱਲ ਮੈਂ ਜੇ ਲੱਖੇ ਵੀਰ ਤੇ ਲਾਵਾਂ ਪਿਛਲੇ 5-7 ਦਿਨ ਤੋਂ ਮੈਂ ਸੁਣ ਰਿਹਾ ਸੀ ਪਰ ਸਿਹਤ ਨਹੀਂ ਅਲਾਓ ਕਰਦੀ ਸੀ ਅੱਜ ਵੀ ਧੱਕੇ ਨਾਲ ਮੈਂ ਕੋਸ਼ਿਸ਼ ਕੀਤੀ ਆ ਵੀ ਹਾਜ਼ਰੀ ਲੱਗਣੀ ਬਹੁਤ ਜ਼ਰੂਰੀ ਹੈ ਵੀਰੋ ਹਰੇਕ ਚੀਜ਼ ਦਾ ਹੱਲ ਪਰਚਾ ਨਹੀਂ ਹੈ ਔਰ ਲੱਖਾ ਇਹੋ ਜਿਹਾ ਕਿਹੜਾ ਕੰਮ ਕਰਦਾ ਵੀ ਜਿੱਦਾਂ ਇਹ ਤੇ ਪਰਚਾ ਦੇ ਦਿੱਤਾ ਜਾ ਸੋ ਜਦੋਂ ਤੋਂ ਮੈਂ ਇਹ ਗੱਲ ਸੁਣੀ ਮਨ ਬੜਾ ਦੁਖੀ ਹੋਇਆ ਅੱਜ ਤੁਹਾਡੇ ਵਿੱਚ ਆ ਕੇ ਮੇਰੀ ਮਨ ਨੂੰ ਵੀ ਕਾਫੀ ਸ਼ਾਂਤੀ ਮਿਲੀ ਹੈ ਜੇ ਮੈਂ ਆਪਣੀ ਗੱਲ ਕਰਦਾ ਐਡੀ ਵੱਡੀ ਸਮੁੱਚੀ ਇੰਡਸਟਰੀ ਕਤਲ ਤੋਂ ਬਾਅਦ ਬਿਲਕੁਲ ਸੁੰਨਸਾਂ ਸ਼ੈਂ ਕਰਕੇ ਬੈਠ ਗਈ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਜੇ ਬੋਲੀਆਂ ਤਾਂ ਦੋ ਕੁੜੀਆਂ ਨੇ ਹਿੰਮਤ ਕੀਤੀ ਬੋਲਣ ਦੀ ਅਰਪਿੰਦਰ ਹਾਂਡਾ ਬੋਲੀ ਇੱਕ ਕੁੜੀ ਜੌਨੀ ਜਹਿਲ ਜੌਹਲ ਸੋਰੀ ਨਾਮ ਦਾ ਉਹਨੇ ਕੋਈ ਗਾਣਾ ਵਗੈਰਾ ਕੱਲ ਕੋਈ YouTube ਤੇ ਪਾਇਆ ਸਵੇਰ ਦਾ ਐਸਐਸਪੀ ਉਹਨੂੰ ਕੁੜੀ ਨੂੰ ਧਮਕੀਆਂ ਦੇ ਰਿਹਾ ਪਰਚੇ ਦੇ ਦੂੰਗਾ ਜੇ ਕਰ ਦੂੰਗਾ 6 ਮਹੀਨੇ ਜ਼ਮਾਨਤ ਨਹੀਂ ਹੋਣੀ ਦੱਸੋ ਭਾਈ ਕੀ ਗਨਾ ਹੈ ਇੱਕ ਪਾਸੇ ਤੁਸੀਂ ਰਾਈਟ ਟੂ ਸਪੀਚ ਦੀ ਗੱਲ ਕਰਦੇ ਹੋ ਦੂਜੇ ਪਾਸੇ ਜੇ ਕੋਈ ਆਪਣੇ ਵਿਚਾਰ ਸਾਡੇ ਚੁਣੇ ਹੋਏ ਨੁਮਾਇੰਦੇ ਤੱਕ ਭੇਜ ਦਿੰਦਾ ਉਹ ਲਿਖ ਕੇ ਭੇਜ ਦੇਵੇ ਉਹ ਬੋਲ ਕੇ ਭੇਜ ਦੇਵੇ ਉਹ ਗਾ ਕੇ ਭੇਜ ਦੇਵੇ ਕੀ ਫਰਕ ਪੈਂਦਾ ਉਸ ਗੱਲ ਦੇ ਵਿੱਚ ਉਹ ਲੜਕੀ ਸਾਡੇ ਵਿੱਚ ਆਈ ਸਾਡੇ ਵਿੱਚ ਰਹੀ ਉਹਨੇ ਸਾਡੀ ਤਕਲੀਫ ਨੂੰ ਇਥੋਂ ਬਾਚਿਆ ਦਿਲ ਤੋਂ ਬਾਚਿਆ ਵੀ ਕਿਵੇਂ ਸੁੰਨੀਆਂ ਕੰਧਾਂ ਦੇ ਵਿੱਚ ਔਰ ਸਾਨੂੰ ਪਰਚੇ ਦੇਣ ਦੀ ਕਾਦੀ ਗੱਲ ਕਰਦੋਂ ਵੀਰੋ ਸਾਡੇ ਤਾਂ ਰੱਬ ਨੇ ਪਰਚਾ ਦੇਤਾ ਸੁੰਨੀਆਂ ਕੰਧਾਂ ਇਹੀ ਚੀਜ਼ ਜੇਲ੍ਹ ਦੇ ਵਿੱਚ ਹੈ ਉਹੀ ਮੇਰੇ ਘਰੇ ਹੈ ਇੱਕ ਜਵਾਕ ਸੀ ਬੇਰਹਿਮੀ ਦੇ ਨਾਲ ਤੁਸੀਂ ਮੇਥੋਂ ਖੋਲਿਆ ਹੁਣ ਆ ਜਨਤਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਐ ਸੋਥੋਂ ਉਹ ਵੀ ਨਹੀਂ ਚੱਲਿਆ ਜਾਂਦਾ ਵੀਰੋ ਇੱਕ ਸਾਲ ਦੇ ਵਿੱਚ ਮੇਰੇ ਬੱਚੇ ਨੇ 24 ਕਰੋੜ ਰੁਪਈਆ ਟੈਕਸ ਭਰਿਆ ਸਰਕਾਰ ਨੂੰ ਇੱਕ ਜੇ ਇੱਕ ਵੀ ਗੱਲ ਇਥੋਂ ਝੂਠੀ ਕਹਾ ਇੱਕ ਇੱਕ ਸ਼ਬਦ ਦਾ ਮੈਂ ਜ਼ਿੰਮੇਵਾਰ ਹੋਊਗਾ ਔਰ 2-2 ਕਰੋੜ ਰੁਪਇਆ ਟੈਕਸ ਭਰ ਕੇ ਮੌਤ ਕਿਉਂ ਜੀ ਮਿਲਦੀ ਹੈ ਜਿਹੇ ਜੀ ਜਾਨਵਰਾਂ ਨੂੰ ਵੀ ਨਹੀਂ ਮਿਲਦੀ ਔਰ ਜੇ ਮੈਂ ਗੱਲ ਕਰਦਾ ਵੀ ਜਿਹੜੇ ਦਰਿੰਦੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ ਇਹਨਾਂ ਦੀ ਪੁਸ਼ਤਪਨਾਹੀ ਛੱਡ ਦਿਓ ਮੈਂ ਸਾਰੀ ਫੋਰਸ ਨੂੰ ਮਾਰੀ ਨਹੀਂ ਕਹਿੰਦਾ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ ਬੰਦੇ ਮਾੜੇ ਵੀ ਹੁੰਦੇ ਆ ਪਰ ਜਦੋਂ ਕੁਝ ਚਾਹੀਤੇ ਅਫਸਰ ਇਹਨਾਂ ਬਦਮਾਸ਼ਾਂ ਦੇ ਮੋਢੇ ਤੇ ਹੱਥ ਰੱਖ ਕੇ ਫੋਟੋਆਂ ਖਿਚਾਉਂਦੇ ਆ ਸਹੀ ਪੁੱਛੋ ਕਾਲਜੇ ਨੂੰ ਬੱਟ ਚੜਦਾ ਉਦੋਂ ਕਰ ਜਾ ਹੁਣ ਵੀ ਵੇਖ ਲੋ ਫੜਨੇ ਦੂਰ ਦੀ ਗੱਲ ਐ ਜਿਹੜੇ ਫੜੇ ਹੋਇਆ ਉਹ ਵੀ ਭਜਾਈ ਜਾਂਦੇ ਆ ਤੇ ਇਕੱਲਾ ਇੱਕ ਪ੍ਰਤਪਾਲ ਨਹੀਂ ਇਹ ਜਿਹੜੀਆਂ ਕਾਲੀਆਂ ਪੇਡਾ ਡਿਪਾਰਟਮੈਂਟ ਦੇ ਵਿੱਚ ਬਹੁਤ ਨੇ ਹੋਰ ਵੀ ਜਿਹੜੀਆਂ ਇਹਨਾਂ ਦੇ ਨਾਲ ਕਾਰੋਬਾਰ ਕਰਦੀਆਂ ਕੋਠੀਆਂ ਤੇ ਕਬਜ਼ੇ ਕਰਦੇ ਆ ਵੀਰੋ ਇਹ ਜਿਹੜਾ ਗੱਠਜੋੜ ਹੋ ਗਿਆ ਇਹ ਕੀ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ ਇਨਾਂ ਦੇ ਨਾਲ ਸਮਾਗਲਰ ਵੀ ਰਲ ਗਏ ਇਹ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ ਮੈਂ ਲੱਖੇ ਨੂੰ ਵੀ ਕਈ ਵਾਰੀ ਬੇਨਤੀ ਮੈਂ ਡਰਦਾ ਹੁੰਨਾ ਇੱਕ ਬਾਪ ਹੋਣ ਦੇ ਨਾਤੇ ਮੇਰਾ ਮਨ ਡੋਲਦਾ ਵੀ ਪੁੱਤ ਮੇਰਾ ਕੋਈ ਐਕਸੀਡੈਂਟ ਨਾ ਹੋ ਜੇ ਧਿਆਨ ਰੱਖੀ ਸੱਚ ਬੋਲਣ ਵਾਲੇ ਦਾ ਕੰਮ ਦੀਪ ਤੋਂ ਚੱਲਿਆ 6 ਮਹੀਨਿਆਂ ਦੇ ਵਿੱਚ ਅਸੀਂ ਤਿੰਨ ਦੀਪ ਗਵਾ ਲਿਆ ਕੀ ਗੱਲ ਜਿਹੜਾ ਬੱਚਾ ਵੀ ਥੋੜੀ ਜੀ ਉੱਚੀ ਗੱਲ ਕਰਨ ਲੱਗਦਾ ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਕੁੱਲ ਦੁਨੀਆ ਦਾ ਗੁੰਡਾ ਲਿਆ ਕੇ ਪੰਜਾਬ ਦੇ ਵਿੱਚ ਬਾੜਦਾ ਜਦੋਂ ਗੱਲ ਸਜ਼ਾ ਦੀ ਆਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਸਜ਼ਾ ਕੱਟਣੀ ਪਸੰਦ ਕਰਦਾ ਹੈ ਕੀ ਗੱਲ ਹੈ ਜੇ ਜੇ ਜੁਰਮ ਪੰਜਾਬ ਦੇ ਵਿੱਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਜੇਲ੍ਹ ਕੱਟਣ ਦੇ ਵਿੱਚ ਤੁਹਾਨੂੰ ਕੀ ਦਿੱਕਤ ਹੈ ਇੱਥੇ ਇੱਥੋਂ ਇੱਥੇ ਕਾਨੂੰਨ ਹੋਰ ਹੈ ਇੱਥੇ ਅਦਾਲਤਾਂ ਹੋਰ ਨੇ ਇਹ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਸਾਰੀ ਤੇ ਮੈਂ ਲੱਖੇ ਵੀਰ ਨੂੰ ਬੇਨਤੀ ਕਰਦਾ ਵੀਰ ਸੱਚ ਬੋਲਦਾ ਹੈ ਸੱਚ ਬੋਲਦਾ ਹੈ ਤੇਰੇ ਮੋਢਾ ਨਾ ਮੋਢਾ ਲਾ ਕੇ ਖੜਾਂਗੇ ਔਰ ਸੁਚੇਤ ਜਦੂਰ ਨਹੀਂ ਕਿਉਂਕਿ ਇਹਨਾਂ ਦੇ ਬਾਰੇ ਵਿੱਚ ਨਰੀ ਨੀਅਤ ਦੁਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਵੀ 1 ਮਿੰਟ ਦੇ ਵਿੱਚ ਕੀ ਕਰ ਦੇਣਾ ਅਸੀਂ ਤਿੰਨ ਚਾਰ ਨੌਜਵਾਨ ਖੋਏ ਨੇ ਉਹਨਾਂ ਦੀ ਪਰਪਾਈ ਕਰਨੀ ਬਹੁਤ ਔਖੀ ਹੈ ਕਿਉਂਕਿ ਜਦੋਂ ਨਾਮ ਬਣਦਾ ਇੱਕ ਦੋ ਕਮਰਿਆਂ ਦੇ ਮਕਾਨ ਚੋਂ ਉੱਠ ਕੇ ਦੁਨੀਆ ਦੇ ਉੱਤੇ ਬੰਦਾ ਝੰਡਾ ਲਹਿਰਾਉਂਦਾ ਹੈ ਅੱਜ 155 ਮੁਲਕਾਂ ਦੇ ਵਿੱਚ ਜੇ ਸਿੱਧੂ ਨੂੰ ਲੋਕ ਜਾਣਦੇ ਐ ਤਾਂ ਉਹਦੀ ਸਖਤ ਮਿਹਨਤ ਦਾ ਨਤੀਜਾ ਸੀ ਔਰ ਸਾਨੂੰ ਮਿਲਿਆ ਕੀ ਅਸੀਂ ਦੇਸ਼ਾਂ ਬੇਰਿਸ਼ਾਨੀਆਂ ਲਗਜ਼ਰੀ ਸਹੂਲਤਾਂ ਛੱਡ ਕੇ ਅਸੀਂ ਆਪਣੇ ਇਲਾਕੇ ਨੂੰ ਚੁਣਿਆ ਔਰ ਇਲਾਕੇ ਦੇ ਵਿੱਚ ਸਾਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ ਦੱਸੋ ਸਾਡਾ ਕਸੂਰ ਕੀ ਸੀ ਮੈਂ ਜਿੱਦਾਂ ਸੰਸਕਾਰ ਕੀਤਾ ਸੀ ਵੀਰੋ ਸਿਰ ਤੋਂ ਪੱਗ ਲਾ ਕੇ ਵੀ ਥੋਥੋ ਇਹ ਗੱਲ ਮੰਗੀ ਸੀ ਵੀ ਮੈਂ 1 5 7 ਕਿੱਲੇ ਵਾਲਾ ਜ਼ਿਮੀਂਦਾਰ ਮੇਰੇ ਬੱਚੇ ਨੇ ਪੱਗ ਦੀ ਲੜਾਈ ਲੜੀ ਧਰਮ ਦੀ ਲੜਾਈ ਲੜੀ ਤੁਹਾਡਾ ਖੇਤੀ ਸੰਘਰਸ਼ ਵਿੱਚ ਯੋਗਦਾਨ ਪਾਇਆ ਜਿੰਨੀ ਜੋਗੇ ਜਿੰਨੀ ਸਾਡੀ ਉਕਾਨ ਸੀ ਅਸੀਂ ਕਿੱਥੇ ਨਹੀਂ ਖੜੇ ਲੋਕਾਂ ਨਾਲ ਨਹੀਂ ਖੜੇ ਸੰਘਰਸ਼ ਦੇ ਵਿੱਚ ਨਹੀਂ ਖੜੇ ਪਰ ਸਾਨੂੰ ਅੱਜ ਮਿਲਿਆ ਤੁਹਾਡਾ ਪਿਆਰ ਹੈ ਮੈਂ ਪੱਗ ਲਾ ਕੇ ਤੁਹਾਡੇ ਚਰਨਾਂ 'ਚ ਰੱਖੀ ਸੀ ਵੀ ਮੈਂ ਤੁਹਾਡਾ ਮੇਰਾ ਪਰਿਵਾਰ ਤੁਹਾਡਾ ਹਮੇਸ਼ਾ ਕਾਰੀਦਾਰ ਰਹੂਗਾ ਤੁਸੀਂ ਦੁੱਖ ਦੇ ਸਮੇਂ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਮੇਸ਼ਾ ਤੁਹਾਡੇ ਚਰਨਾਂ 'ਚ ਮੇਰਾ ਸਿਰ ਨਿਮਦਾ ਰਹੇਗਾ ਬਸ ਇੰਨੀਆਂ ਕੁ ਬੇਨਤੀਆਂ ਤੁਹਾਡੇ ਨਾਲ ਕਰਦਾ ਹਾਂ ਵੀ ਆ ਜਿਹੜੇ ਗੱਭਰੂ ਤੁਹਾਡੇ ਕੋਲੇ 2-4 ਜਵਾਨ ਹੈਗੇ ਇਹਨਾਂ ਨੂੰ ਸਾਹਮਣੇ ਰੱਖਿਓ ਬੜੀਆਂ ਕਨਾਉਣੀਆਂ ਚਾਲਾਂ ਚੱਲਣਗੇ ਮੈਂ ਭਰੋਸਾ ਨਹੀਂ ਕਰ ਸਕਦਾ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਕਰਨ ਕੱਲ ਨੂੰ ਮੈਂ ਵੀ ਕਦੇ ਸੁਪਨੇਚ ਨਹੀਂ ਸੋਚਿਆ ਸੀ ਵੀ ਮੇਰੇ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਊਗਾ ਗੱਲਾਂ ਕਰਦੇ ਆ ਅਸੀਂ ਰੰਗਲੇ ਪੰਜਾਬ ਦੀਆਂ ਰੰਗਲਾ ਪੰਜਾਬ ਕਿੱਥੇ ਸੀ ਜੇ ਮੇਰਾ ਪੁੱਤ ਜਵਾਰ ਕੇ ਨਾ ਕੱਲਾ ਜਾਂਦਾ ਸ਼ਾਮ ਤੱਕ 11 ਲਗਾੜੇ ਬੰਦੂਖਾਂ ਲੈ ਕੇ ਮੇਰੇ ਘਰੇ ਵੱੜ ਜਾਣੇ ਸੀ ਦੱਸੋ ਆਪਾਂ ਘਰ ਦੇ ਵਿੱਚ ਕਿੰਨੇ ਕੁ ਸचेत ਹੁੰਨੇ ਆ ਕੋਈ ਮੰਜੇ ਤੇ ਬੈਠਾ ਹੁੰਦਾ ਕੋਈ ਪੀੜੇ ਤੇ ਬੈਠਾ ਹੁੰਦਾ 10 ਬੰਦੇ ਟਟਟ ਕਰਦੇ ਗੋਲੀਆਂ ਮਾਰਦੇ ਘਰੇ ਵੱੜ ਜਾਣਗੇ ਕੀ ਕਰ ਲਾਂਗੇ ਬਾਈ ਜੀ ਇਹ ਸਾਡਾ ਰੰਗਲਾ ਪੰਜਾਬ ਹੈ ਤੁਸੀਂ ਕਿਹੜੇ ਲਾਂਡਰ ਆਡਰ ਦੀ ਗੱਲ ਕਰਦੇ ਹੋ ਜੇ ਵਿਧਾਨ ਸਭਾ ਦੇ ਵਿੱਚ ਕੋਈ ਲਾਂਡਰ ਆਡਰ ਦੀ ਗੱਲ ਕਰਦਾ ਤਾਂ ਮੇਰੇ ਇਲਾਕੇ ਦਾ ਐਮ.ਐਲ.ਏ. ਕਹਿੰਦਾ ਜੀ 84 ਨਾਲ ਤੁਲਨਾ ਕਰਨ ਲੱਗ ਜਾਂਦਾ ਓਏ ਅੱਜ ਦੇ ਹਾਲਾਤ 84 ਵਰਗੇ ਨੇ ਹੁਣ ਤਾਂ ਇੱਕ ਮੂੰਹ ਚੋਂ ਗੱਲ ਕੱਢੋਂਗੇ 2 ਮਿੰਟਾਂ ਦੇ ਵਿੱਚ ਦੁਨੀਆ ਤੇ ਫੈਲ ਜਾਂਦੀ ਐ ਉਦੋਂ ਪ੍ਰਿੰਟ ਮੀਡੀਆ ਹੁੰਦਾ ਸੀ ਇਕੱਲਾ ਹੁਣ ਉਹ ਗੱਲਾਂ ਹੈ ਨਹੀਂ ਹੁਣ ਝੂਠ ਨਹੀਂ ਚੱਲਦਾ ਵੀਰੋ ਜਿਹੜੀ ਗੱਲ ਹੈ ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਮੋਬਾਈਲ ਫੋਨ ਹੈ ਹਰ ਇੱਕ ਬੰਦੇ ਨੂੰ ਪਤਾ ਹੈ ਕੌਣ ਮੰਦਾ ਕਿੱਥੇ ਕਰ ਰਿਹਾ ਕਿੱਥੇ ਝੂਠ ਬੋਲ ਰਿਹਾ ਹਰ ਇੱਕ ਗੱਲ ਗੁੱਝੀ ਨਹੀਂ ਰਹਿੰਦੀ ਹੁਣ ਹੁਣ 84 ਵਾਲੇ ਹਾਲਾਤ ਹੈ ਨਹੀਂ ਤੁਹਾਨੂੰ ਲਾਂਡ ਆਰਡ ਦੀ ਹਾਲਤ ਨੂੰ ਮੰਨਣਾ ਚਾਹੀਦਾ ਸਾਡੇ ਘਰੋਂ ਜਿਹੜੇ ਨੇ ਵੀਰੋ ਤਾਂ ਬਿਲਕਣਿਆ